ਪ੍ਰੋ ਬਾਜਬਾ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਨੂੰ ਜਿਸ ਚੀਜ਼ ਤੋਂ ਅਸਲ ਵਿੱਚ ਖਤਰਾ ਹੈ ਉਹਨਾਂ ਗੱਲਾਂ ਨੂੰ ਇੱਕ ਰਚਨਾ ਰਾਹੀਂ ਪੇਸ਼ ਕਰ ਰਹੇ ਹਾਂ ਆਸ ਹੈ ਕਿ ਆਪ ਜੀ ਤੱਕ ਉਹ ਗੱਲ ਪਹੁੰਚੇਗੀ ਸਰਲੇਖ ਹੈ ਖਤਰਾ ਲੱਚਰਤਾ ਹੋਈ ਸਵਾਰ ਹੈ ਫੁਕਰਿਆਂ ਦੀ ਪਰਮਾਰ ਹੈ ਬੋਲਾਂ ਵਿੱਚ ਹਿੰਸਾ ਤੇ ਹੱਥਾਂ ਵਿੱਚ ਹਥਿਆਰ ਹੈ ਮਨੋਰੰਜਨ ਦੇ ਗਿਰਦੇ ਜਾਂਦੇ ਮਿਆਰ ਨੂੰ ਖਤਰਾ ਹੈ ਮਾਂ ਬੋਲੀ ਅਸੇਵਕਾਂ ਤੋਂ ਸਭਿਆਚਾਰ ਨੂੰ ਖਤਰਾ ਹੈ ਤਰਸ ਦੇ ਵਿਰਧ ਸਤਕਾਰ ਲਈ ਆਪਣਿਆਂ ਦੇ ਪਿਆਰ ਲਈ ਉਮਰਾਂ ਤੋਂ ਲੰਬੇ ਕੇਸਾਂ ਵਿੱਚ ਰੁਲ ਗਏ ਘਰ-ਬਾਰ ਲਈ ਕਈ ਆਪਣਾ ਤਵਾਜੋਂ ਟੁੱਟਦੇ ਜਾਂਦੇ ਪਰਿਵਾਰ ਨੂੰ ਖਤਰਾ ਹੈ ਸੇਵਾ ਤੇ ਫਰਜ਼ ਨਿਭਾਉਣ ਵਾਲੇ ਵਿਚਾਰ ਨੂੰ ਖਤਰਾ ਹੈ ਹਿੰਸਾ ਦਾ ਪਾਠ ਪੜਾਉਂਦੇ ਜੋ ਆਪਸ ਵਿੱਚ ਲੜਾਉਂਦੇ ਜੋ ਮਨੁੱਖ ਹੱਥੋਂ ਮਨੁੱਖ ਦਾ ਪਵਿੱਤਰ ਖੂਨ ਬਹਾਂਦੇ ਜੋ ਸਰਬ ਸਾਂਝੀ ਵਲਤਾ ਤੇ ਪ੍ਰਚਾਰ ਨੂੰ ਖਤਰਾ ਹੈ ਕੱਟੜਵਾਦੀ ਆਗੂਆਂ ਤੋਂ ਭਾਈਚਾਰ ਨੂੰ ਖਤਰਾ ਹੈ ਅੱਜ ਨਹੀਂ ਤਾਂ ਕੱਲ ਕਰੋ ਵਿਦਿਆ ਦੇ ਮਸਲੇ ਹੱਲ ਕਰੋ ਅੱਜ ਨਹੀਂ ਤਾਂ ਕੱਲ ਕਰੋ ਵਿਦਿਆ ਦੇ ਮਸਲੇ ਹੱਲ ਕਰੋ ਯੋਗਤਾ ਨੂੰ ਰੋਜ਼ਗਾਰ ਮਿਲੇ ਮਿਹਨਤ ਕਸ਼ ਦੀ ਗੱਲ ਕਰੋ ਨਸ਼ਿਆਂ ਵਿੱਚ ਗਰਕਦੇ ਗੱਭਰੂ ਮਟਿਆਰ ਨੂੰ ਖਤਰਾ ਹੈ ਭਵਿੱਖ ਦੀ ਚਿੰਤਾ ਵਿੱਚ ਪਟਕੇ ਕਿਰਦਾਰ ਨੂੰ ਖਤਰਾ ਹੈ ਆਖਿਰਿਆ ਲੋਕਾਂ ਦੀ ਜੇਕਰ ਗੱਲ ਨਹੀਂ ਤਾਂ ਆਉਣਾ ਸੁਨਹਿਰਾ ਕੱਲ ਨਹੀਂ ਲੋਕਾਂ ਦੀ ਜੇਕਰ ਗੱਲ ਨਹੀਂ ਤਾਂ ਆਉਣਾ ਸੁਨਹਿਰਾ ਕੱਲ ਨਹੀਂ ਭੁੱਲਾਂ ਤੋਂ ਜੇਕਰ ਸਿੱਖਿਆ ਨਾ ਤਾਂ ਭਰਨੇ ਪੁਰਾਣੇ ਸੱਲ ਨਹੀਂ ਰਾਜਨੀਤਿਕ ਦਾਅ ਪੇਚਾ ਤੋਂ ਵਿਚਾਰ ਨੂੰ ਖਤਰਾ ਹੈ ਰਾਜਨੀਤਿਕ ਦਾਅ ਪੇਚਾ ਤੋਂ ਵਿਚਾਰ ਨੂੰ ਖਤਰਾ ਹੈ ਝੂਠ ਕੂੜ ਦੀ ਪਾਲ ਤੋਂ ਸਚਾਰਨ ਨੂੰ ਖਤਰਾ ਹੈ ਝੂਠ ਕੂੜ ਦੀ ਪਾਲ ਤੋਂ ਸਚਾਰਨ ਨੂੰ ਖਤਰਾ ਹੈ ਕੋ ਆਪ ਸਭ ਦੇ ਪਿਆਰ ਹਿੱਤ ਇੱਕ ਰਚਨਾ ਹੋਰ ਹੈ ਜਿਸ ਦਾ ਸਿਰਲੇਖ ਹੈ ਸਭ ਦੇ ਸੁਪਨੇ ਹੋਵਣ ਪੂਰੇ ਹੋਰਾਂ ਨੂੰ ਖੁਸ਼ ਕਰਦਾ ਕਰਦਾ ਸੱਚੀ ਖੁਸ਼ੀ ਬੁਲਾ ਬੈਠਾ ਸਾਂ ਖੁੱਲ ਕੇ ਜ਼ਿੰਦਗੀ ਜਿਉਣ ਤੋਂ ਪਹਿਲਾਂ ਮੌਤ ਨੂੰ ਕੋਲ ਬੁਲਾ ਬੈਠਾ ਸਾਂ ਸੋਚਿਆ ਕਿਉਂ ਨਾ ਢੰਗ ਬਦਲੀਏ ਢੈਂਦੀ ਕਲਾ ਦਾ ਰੰਗ ਬਦਲੀਏ ਜੀਵਨ ਨੂੰ ਕੋਈ ਮਕਸਦ ਦੇ ਕੇ ਜਿਉਣ ਦੀ ਨਵੀਂ ਤਰੰਗ ਬਦਲੀਏ ਉੱਪਰ ਕੀ ਹੈ ਥੱਲੇ ਕੀ ਹੈ ਜੇਬੇ ਕੀ ਹੈ ਗੱਲੇ ਕੀ ਹੈ ਸਾਰਾ ਕੁਝ ਫਰੋਲ ਕੇ ਦੇਖਾਂ ਦੇਖਾਂ ਤਾਂ ਸਹੀ ਪੱਲੇ ਕੀ ਹੈ ਪੱਲੇ ਸੀ ਕੁਝ ਕੌੜੀਆਂ ਚਾਦਾ ਕੁਝ ਮਿੱਠੇ ਅਹਿਸਾਸ ਵੀ ਸਨ ਚੰਗੇ ਸਨ ਜਾਂ ਮਾੜੇ ਸਨ ਤਜਰਬੇ ਤਾਂ ਪਾਸ ਹੀ ਸਨ ਜੋ ਵੀ ਹੋਇਆ ਹੋਣਾ ਹੀ ਸੀ ਜੋ ਵੀ ਹੋਇਆ ਹੋਣਾ ਹੀ ਸੀ ਜੋ ਵੀ ਖੋਇਆ ਖੋਣਾ ਹੀ ਸੀ ਹਾਸਿਆਂ ਵੇਲੇ ਹੱਸਣਾ ਹੀ ਸੀ ਰੋਣਿਆਂ ਵੇਲੇ ਰੋਣਾ ਹੀ ਸੀ ਮੋਇਆਂ ਨਾਲ ਮੁੱਕ ਨਹੀਂ ਜਾਂਦੀ ਰੋਕਿਆਂ ਜ਼ਿੰਦਗੀ ਰੁਕ ਨਹੀਂ ਜਾਂਦੀ ਦੁੱਖ ਸੁੱਖ ਨੇ ਜੀਵਨ ਦਾ ਹਿੱਸਾ ਵਾਰ-ਵਾਰ ਹੋਣੀ ਸਮਝਾਉਂਦੀ ਪਾਣਾ ਸੀ ਜੋ ਬੀਤ ਗਿਆ ਬੀਤ ਗਿਆ ਅਤੀਤ ਗਿਆ ਸਾਹਿਤ ਨੂੰ ਮੀਤ ਬਣਾਇਆ ਜਦੋਂ ਦਾ ਛੱਡ ਕੇ ਮੀਤ ਗਿਆ ਤੇ ਹੁਣ ਫਿਰ ਜੀਵਨ ਕਿਵੇਂ ਜੀ ਰਹੇ ਆ ਕਿ ਭਰੇ ਮਨਾਂ ਨੂੰ ਸੁਣ ਲੈਂਦਾ ਹਾਂ ਭਰੇ ਮਨਾਂ ਨੂੰ ਸੁਣ ਲੈਂਦਾ ਹਾਂ ਜਿੱਥੋਂ ਵੀ ਮਿਲ ਜੇ ਗੋਣ ਲੈਂਦਾ ਹਾਂ ਸਭ ਦੇ ਸੁਪਨੇ ਹੋਵਣ ਪੂਰੇ ਇਹੋ ਦੁਆਵਾ ਨੇ ਸਭ ਦੇ ਸੁਪਨੇ ਹੋਵਣ ਪੂਰੇ ਆਜ਼ਾਦ ਸੁਪਨਾ ਬਣ ਲੈਂਦਾ ਹਾਂ ਆਜ਼ਾਦ ਸੁਪਨਾ ਬਣ ਲੈਂਦਾ ਹਾਂ ਧੰਨਵਾਦ ਜੀ